6 ਐਪੀਸੋਡ ਵਿੱਚ ਤੁਸੀਂ ਵੇਖਿਆ ਕਿ ਕੋਮਲ ਦੇ ਪਤੀ ਰਾਹੁਲ ਨੂੰ ਇੱਕ ਇੰਸਪੈਕਟਰ ਮਿਲਣ ਲਈ ਆਉਂਦਾ ਹੈ ਅਤੇ ਡਾਕਟਰ ਰਾਹੁਲ ਆਪਣੇ ਕਲੀਨਿਕ ਵਿੱਚੋਂ ਘਰ ਵਾਪਸ ਪਰਤਦਾ ਹੈ ਤਾਂ ਕੋਮਲ ਆਪਣੇ ਪਤੀ ਦੇ ਮੋਬਾਈਲ ਫੋਨ ਵਿੱਚੋਂ ਕੁਲਬੀਰ ਦਾ ਨੰਬਰ ਲੈ ਕੇ ਚੋਰੀ ਉਸਨੂੰ ਫੋਨ ਕਰਦੀ ਹੈ ਅਤੇ ਬਾਹਰ ਮਿਲਣ ਲਈ ਆਖਦੀ ਹੈ ਪਰ ਕੁਲਬੀਰ ਉਸਨੂੰ ਸਾਫ਼ ਮਨਾ ਕਰ ਦਿੰਦਾ ਹੈ ਕੋਮਲ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੋਈ ਸੋਚਦੀ ਹੈ ਇਸ ਐਪੀਸੋਡ ਵਿੱਚ ਤੁਸੀਂ ਵੇਖੋਗੇ ਕਿ ਕੋਮਲ ਥੱਕ ਹਾਰ ਕੇ ਕੁਲਬੀਰ ਦਾ ਪਾਰਕ ਵਿੱਚ ਇੰਤਜ਼ਾਰ ਕਰਕੇ ਘਰ ਵਾਪਸ ਪਰਤਦਾ ਹੈ ਅਤੇ ਆਪਣੇ ਦਿਲ ਦੀਆਂ ਸਧਰਾਂ ਮਾਰਾਂ ਮਾਰ ਉਹ ਆਪਣੇ ਭਰਾਵਾਂ ਦੇ ਕਹਿਣ ਤੇ ਡਾਕਟਰ ਰਾਹੁਲ ਨਾਲ ਵਿਆਹ ਕਰਵਾ ਦਿੰਦਾ ਹੈ ਉੱਧਰ ਜਦੋਂ ਕੁਲਬੀਰ ਨੂੰ ਕੋਮਲ ਦੇ ਵਿਆਹ ਦਾ ਪਤਾ ਚੱਲਦਾ ਹੈ ਤਾਂ ਉਸਨੂੰ ਬਹੁਤ ਵੱਡਾ ਝਟਕਾ ਲੱਗਦਾ ਹੈ ਅਤੇ ਉਹ ਦੀਵਾਨਿਆਂ ਦੀ ਤਰ੍ਹਾਂ ਦਰ ਦਰ ਪਟਕਦਾ ਪਟਕਦਾ ਇੱਕ ਆਸ਼ਿਕ ਰਾਜੀ ਦੇ ਦਰਵਾਜ਼ੇ ਖਬਰਾਂ ਹੁਣ ਟੁੱਟਦਾ ਵਾਹ ਭਾਈ ਰਾਜੀ ਤੇਰੇ ਗਾਣੇ ਧਰਨੀ ਨੂੰ ਸਕੂਨ ਦੇਣ ਵਾਲੇ ਆ ਬਾਈ ਬਾਈ ਰਾਜੀ ਬੜੀ ਡੂੰਘੀ ਸੱਟ ਵੱਜੀ ਲੱਗਦੀ ਹੈ ਬਾਈ ਜਿਹੜਾ ਇਹ ਤੇਰਾ ਲਿਬਾਸ ਮੇਰੇ ਇਸ ਲਿਬਾਸ ਦੀ ਦਾਸਤਾਂ ਬਹੁਤ ਲੰਬੀ ਪਰ ਕਿਸੇ ਨੇ ਇਸ ਲਿਬਾਸ ਦੇ ਪਿੱਛੇ ਛੁਪੀ ਦਾਸਤਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਪਹਿਲਾ ਬੰਦਾ ਹੈ ਜਿਹਨੇ ਜਾਣਨਾ ਚਾਹਿਆ ਮੈਂ ਦੱਸਾਂਗਾ ਜ਼ਰੂਰ ਪਰ ਕਦੇ ਫੇਰ ਮੇਰੇ ਸੱਜਣਾ ਫਿਰ ਜਾ ਕੇ ਬਹਿ ਗਿਆ ਹਾਂਜੀ ਹਾਂਜੀ ਵਧੀਆ ਹਾਂਜੀ ਫਿਰ ਤੁਸੀਂ ਦਿਲ ਭਰਜਾਈ ਕਰੋ ਗੱਲਾਂ ਤੇ ਮੈਂ ਇੱਕ ਮਿੰਟ ਫਰੈਸ਼ ਹੋ ਕੇ ਆਇਆ ਹਾਂਜੀ ਫਿਰ ਕੀ ਕਹਿਣਾ ਹੋਣਾ ਸੀ ਗੱਲ ਭਰਜਾਈ ਕਿਉਂ ਬਸ ਤੁਹਾਨੂੰ ਮਿਲਣਾ ਹੋਣਗੇ
ਅੱਜ ਮਾਤਾ ਨੇ ਬਣਾਈ ਸੀ, ਸੋਚਿਆ ਮੈਂ ਤੁਹਾਡੇ ਲਈ ਲੈ। ਖਾਸਾ ਹੀ ਹਮਦਰਦ ਲੱਗਦਾ ਮੇਰਾ, ਜਿਹੜੀਆਂ ਮੇਰੀਆਂ ਪੀੜਾਂ ਨੂੰ ਅੰਦਰੋਂ ਟਟੋਲ ਕੇ ਦੇਖਣਾ ਚਾਹੁੰਦਾ। ਫਕਰੋ, ਸੱਚਮੁੱਚ ਮੈਂ ਤੁਹਾਡੇ ਦਰਦ ਨੂੰ ਜਾਣਨਾ ਚਾਹੁੰਦਾ। ਬਲਵੀਰ ਡੈਫਰ ਕੌਣ? ਮੈਂ ਅਤੇ ਮੇਰੀ ਸਾਡੇ ਸਦਰਾਂ ਨੂੰ ਗੌਰ ਪਿਆ, ਅਸੀਂ ਪਹਿਲੀ ਨਜ਼ਰ ਪਿਆਰ ਸਰੀਰ ਭੱਜੇ ਸੰਦਾਂ ਦੇ ਵਾਂਗ ਸਾਨੂੰ ਜੱਜ ਦੀ ਪਰਿਵਾਰ ਹੀ, ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ। ਮੈਂ ਆਪਣੀ ਜਾਨ ਤੋਂ ਵੀ ਜ਼ਿਆਦਾ ਉਸਨੂੰ ਡਾਇਆ, ਮੈਂ ਉਸਨੂੰ ਆਪਣੀਆਂ ਅੱਖਾਂ ਤੋਂ ਇੱਕ ਪਲ ਲਈ ਵੀ ਨਹੀਂ ਦੇਖਦਾ। ਉਸ ਨਾਲ ਜੀਣਾ ਮੇਰੀ ਜ਼ਿੰਦਗੀ ਦਾ ਖਾਬ, ਉਸ ਨਾਲ ਜੀ ਕੇ ਇੰਝ ਲੱਗਦਾ ਮੈਂ ਜ਼ਿੰਦਗੀ ਜੰਨਤ ਵਰਗੀ ਹਾਂ। ਇਹਦਾ ਮਤਲਬ ਸ਼ਹਿਨਾਜ਼ ਬੇਵਫਾ ਸੀ? ਨਹੀਂ, ਜਿਨ੍ਹਾਂ ਦੇ ਰੋਮ ਰੋਮ ਵਿੱਚ ਇਸ਼ਕ ਰਚਿਆ ਕਦੇ ਬੇਵਫਾ ਨਹੀਂ, ਉਹ ਅੱਜ ਵੀ ਮੇਰੇ ਨਾਲ, ਮੇਰੀਆਂ ਪੀੜਾਂ ਮੇਰੇ ਦਰਦਾਂ ਹਮਦਰਦ ਦਾ ਕੋਮਲ। ਕੁਲਬੀਰ ਵਰਗਾ ਚੋਣ ਵਾਲਾ ਤਾਂ ਕਿਸੇ ਭਾਗਾ ਵਾਲੇ ਨੂੰ ਮਿਲਦਾ, ਤੂੰ ਤਾਂ ਬਹੁਤ ਲੱਕੀ ਹੈ ਯਾਰ। ਬਸ ਬਸ ਬਸ।